ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਭਗਵੰਤ ਮਾਨ ਦੇ ਗੋਦਲੇ ਪਿੰਡ ਬਨੇੜਾ ਦੀ, ਜੋ ਕਿ ਉਹਨਾਂ ਦੇ ਪਾਰਲੀਮੈਂਟ ਹਲਕਾ ਸੰਗਰੂਰ 'ਚ ਪੈਂਦਾ ਹੈ। ਕਿੰਨਾ ਕੁ ਵਿਕਾਸ ਹੋਇਆ ਇਸ ਪਿੰਡ ਦਾ, ਆਓ ਦੇਖਦੇ ਹਾਂ। ਟੁੱਟੇ ਹੋਏ ਪੁਲ ਤੇ ਜਾਨ ਜੋਖਿਮ 'ਚ ਪਾ ਕੇ ਲੰਘ ਰਹੇ ਨੇ ਲੋਕ। ਗਲੀਆਂ ਨਾਲੀਆਂ ਦੀ ਨਹੀਂ ਹੋ ਰਹੀ ਸਫਾਈ, ਕੱਚੀਆਂ ਸੜਕਾਂ, ਜਗ੍ਹਾ ਜਗ੍ਹਾ ਖਿਲਰਿਆ ਕਬਾੜ। ਇਹ ਪਿੰਡ ਬਨੇੜਾ, ਜੋ ਕਿ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਗੋਦ ਲਿਆ ਸੀ ਤੇ ਇਸ ਪਿੰਡ ਦੀ ਦੂਰਦਰਸ਼ਾ ਸੁਧਾਰਨ ਦਾ ਵਾਅਦਾ ਕੀਤਾ ਸੀ। ਉਸ ਸਮੇਂ ਲੋਕਾਂ 'ਚ ਵੀ ਪਿੰਡ ਦੇ ਵਿਕਾਸ ਦੀ ਖੂਬ ਆਸ ਬੁੱਝੀ ਸੀ, ਪਰ ਭਗਵੰਤ ਮਾਨ ਵੱਲੋਂ ਇਸ ਪਿੰਡ ਨੂੰ ਗੋਦ ਲਏ 5 ਸਾਲ ਪੂਰੇ ਹੋਣ ਜਾ ਰਹੇ ਨੇ, ਪਰ ਅਜੇ ਤੱਕ ਇਸ ਪਿੰਡ 'ਚ ਵਿਕਾਸ ਦੇ ਨਾਮ ਤੇ ਜੁਮਲਾ ਬਣਾਇਆ ਹੋਇਆ ਹੀ ਨਜ਼ਰ ਆ ਰਿਹਾ। ਅਜੇ ਵੀ ਪਿੰਡ 'ਚ ਕੱਚੀਆਂ ਸੜਕਾਂ ਨੇ, ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ। ਭਗਵੰਤ ਮਾਨ ਨੇ ਗੋਦ ਲਿਆ ਸੀਗਾ ਜੀ, ਪਿੰਡ 'ਚ ਵੀ ਆਉਂਦਾ ਰਿਹਾ ਜੀ, ਆ ਕੇ ਬਹੁਤ ਬਹੁਤ ਵਾਅਦੇ ਕਰੇ ਸੀਗੇ ਜੀ, ਅਤੇ ਮਤਲਬ ਕਿ ਉਹ ਵਾਅਦੇ 'ਤੇ ਖਰੇ ਨਹੀਂ ਉਤਰੇ ਹੈਗੇ ਜੀ। ਲੋਕਾਂ ਦਾ ਪੂਰੀਆਂ ਆਸ਼ਾਂ ਤਾਂ ਉਹਨਾਂ 'ਤੇ ਵੋਟਾਂ ਵੱਧ ਚੜ੍ਹ ਕੇ ਪਈਆਂ ਸਾਡੇ ਪਿੰਡ ਦੇ ਵਿੱਚ, ਅਤੇ ਹੁਣ ਆਹ ਪੁਲ ਦੇਖ ਲਓ ਜੀ, ਪੁਲਾਂ ਦਾ ਕਿਵੇਂ ਖਸਤਾ ਹਾਲਤ ਹੋਈਆਂ ਪਏ ਨੇ, ਰੇਲਿੰਗਾਂ ਟੁੱਟੀਆਂ ਪਏ ਨੇ ਪੁਲਾਂ ਦੀਆਂ ਜੀ, ਵਿੱਚ ਡਿੱਗੀ ਜਾਂਦੇ ਨੇ ਗੱਡੀਆਂ ਕਾਰਾਂ ਵਾਲੇ, ਸਕੂਟਰਾਂ ਮੋਟਰਸਾਈਕਲਾਂ ਵਾਲੇ ਜੀ, ਹੁਣ ਬਹੁਤ ਜਾਂਦੇ ਨੇ ਜੀ, ਮਤਲਬ ਕਿ ਦਫ਼ਤਰਾਂ ਦੇ ਵਿੱਚ ਦਫ਼ਤਰ ਨਹੀਂ ਮਿਲਦੇ। ਹੁਣ ਤਾਂ ਸੰਗਰੂਰ ਦਫ਼ਤਰ 'ਚ ਉਹਨਾਂ ਦੇ ਕਿੰਨੀ ਵਾਰੀ ਜਾ ਕੇ ਆਏ ਨੇ ਪਿੰਡ ਦੇ ਜੀ, ਵੀ ਭਾਈ ਸਾਡੇ ਪਿੰਡ 'ਚ ਪਹੁੰਚੋ ਮਾੜਾ ਮੋਟਾ, ਦੇਖੋ ਸਾਡਾ। ਪਿੰਡ ਦੇ ਲੋਕਾਂ ਨੂੰ ਭਗਵੰਤ ਮਾਨ ਤੇ ਪੂਰੀ ਉਮੀਦ ਸੀ ਕਿ ਮਾਨ ਆਪਣੇ ਬੋਲਾਂ ਤੇ ਖਰਾ ਉਤਰਨਗੇ, ਪਰ ਪਿੰਡ ਦਾ ਹਾਲ ਤੁਹਾਡੇ ਸਾਹਮਣੇ ਹੈ। ਪਿੰਡ ਦਾ ਇਕਲੌਤਾ ਪੁਲ ਟੁੱਟਣ ਦੇ ਕੰਡੇ ਤੇ ਹੈ। ਆਲਮ ਇਹ ਹੈ ਕਿ ਪਿੰਡ ਵਾਸੀ ਆਪਣੀ ਜਾਨ ਜੋਖਿਮ 'ਚ ਪਾ ਕੇ ਇਸ ਪੁਲ ਦੇ ਉੱਤੋਂ ਦੀ ਲੰਘ ਰਹੇ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਇੱਥੇ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਨੇ, ਪਰ ਭਗਵੰਤ ਮਾਨ ਸਾਹਿਬ ਨੂੰ ਇਹ ਟੁੱਟਿਆ ਹੋਇਆ ਪੁਲ ਨਜ਼ਰ ਹੀ ਨਹੀਂ ਆ ਰਿਹਾ। ਹਾਂਜੀ ਹਾਂ, ਉਹਦੇ ਬਾਰੇ ਭਗਵੰਤ ਮਾਨ ਆਪਣੇ MP ਸਾਹਿਬ ਨੂੰ ਜੀ ਇਹ ਅਸੀਂ ਅਪੀਲ ਵੀ ਕਰੀ ਤੀ ਔਰ ਉਹਨਾਂ ਦੇ ਧਿਆਨ 'ਚ ਲਿਆਂਦਾ ਸੀਗਾ, ਸ਼ਾਇਦ 2-3 ਵਾਰੀ ਰੌਂਡ ਵੀ ਕਰਕੇ ਗਏ ਨੇ, ਵੀ ਮੈਂ ਇਹਨੂੰ ਵਿਸ਼ਵਾਸ ਵੀ ਦਵਾਇਆ ਸੀ ਇਹਨੂੰ ਆਪਦੀ ਇਹਦੇ ਵਿੱਚ ਕਰਵਾਵਾਂਗੇ ਜ਼ਰੂਰ, ਪਰ ਫਿਲਹਾਲ ਉਹ ਨਹੀਂ ਹੋਇਆ ਜੀ। ਸਾਡੇ ਭਗਵੰਤ ਮਾਨ ਨੇ ਪਿੰਡ ਗੋਦ 'ਚ ਲਿਆ ਦੇ ਜੀ, ਬਹੁਤ ਦਾਅਵੇ ਕੀਤੇ ਵੀ ਐਂ ਕਰੂੰ ਬਾਹ ਕਰੂੰ, ਮੁੜ ਕੇ ਸਾਡੇ ਗੇੜਾ ਨਹੀਂ ਮਾਰਿਆ। ਡਰੈਨ ਸਾਡੀ ਪੱਕੀ ਕਰਨ ਨੂੰ ਕਹਿੰਦਾ ਸੀ, ਸੂਲ ਲਾਈਟਾਂ ਲਾਉਣ ਨੂੰ ਕਹਿੰਦਾ ਸੀ, ਜੈਂਕ ਦੀ ਫੈਕਟਰੀ ਲੱਗੀ ਹੋਈ ਸਾਡੇ ਲਵੇ, ਸਾਰਾ ਪਾਣੀ ਖਰਾਬ ਹੋਇਆ ਪਿਆ। ਉਹ ਕਹਿੰਦੀ ਮੈਂ ਬੰਦ ਕਰਾਉਣੀ ਆ ਘਰਾਚੋ, ਉਹਦਾ ਭਾਸ਼ਣ ਸੁਣਿਆ ਮੈਂ, ਘਰਾਚੋ ਬੋਲ ਰਿਹਾ ਸੀ ਉਹ ਗੱਲ, ਇਹ ਸਾਡੇ ਪਿੰਡ ਦਾ ਮੁੜ ਕੇ ਆਏ ਨਹੀਂ, ਨਾ ਸੂਲ ਲਾਈਟ ਲੱਗੀ ਹੈ, ਨਾ ਡਰੈਨ ਪੱਕੀ ਹੋਈ ਹੈ, ਨਾ ਕੋਈ ਪੁਲ ਸਾਹਮਣੇ, ਨਾ ਕਿਸੇ ਗਲੀਆਂ 'ਤੇ ਕੋਈ ਅਵੇਲੇਬਲ ਹੈਗੇ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਗਵੰਤ ਮਾਨ ਨੇ ਪਿੰਡ ਵਾਸੀਆਂ ਨੂੰ ਕਿਹੜੇ ਕਿਹੜੇ ਸੁਪਨੇ ਦਿਖਾਏ ਸੀ। ਪਿੰਡ ਦੇ ਵਿਕਾਸ ਲਈ ਭਗਵੰਤ ਮਾਨ ਨੇ ਇੱਥੇ ਅੰਡਰਪਾਸ, ਵੱਡਾ ਹਸਪਤਾਲ, ਸਟੇਡੀਅਮ ਤੇ ਸਟਰੀਟ ਲਾਈਟਾਂ ਲਗਵਾਉਣ ਦੇ ਵਾਅਦੇ ਕੀਤੇ ਸੀ। ਅਜੇ ਤੱਕ ਇਹਨਾਂ 'ਚੋਂ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਿਆ। ਪਿੰਡ 'ਚ ਪਾਣੀ ਦੀ ਨਿਕਾਸੀ ਤੇ ਸ਼ਮਸ਼ਾਨ ਘਾਟ ਦਾ ਰਸਤਾ ਵੀ ਪਿੰਡ ਵਾਸੀਆਂ ਦੀਆਂ ਮੁੱਖ ਲੋੜਾਂ ਨੇ, ਇਹਨਾਂ ਦਾ ਕੰਮ ਵੀ ਨਿਪਰੇ ਨਹੀਂ ਚੜ ਸਕਿਆ। ਪਿੰਡ ਦੀਆਂ ਨਾਲੀਆਂ ਲਈ 8 ਲੱਖ ਦਾ ਫੰਡ ਦਿੱਤਾ ਗਿਆ ਸੀ, ਨਾਲੀਆਂ ਬਣ ਗਈਆਂ ਪਰ ਪਾਣੀ ਦਾ ਨਿਕਾਸੀ ਕਦਰੇ ਵੀ ਪ੍ਰਬੰਧ ਨਹੀਂ। ਗਲੀਆਂ ਲਈ 23 ਲੱਖ ਦਾ ਫੰਡ ਪ੍ਰਾਪਤ ਕੀਤਾ ਗਿਆ। ਸਕੂਲ ਦੀ ਅਪਗ੍ਰੇਡੇਸ਼ਨ ਲਈ 14 ਲੱਖ ਰੁਪਏ ਦਿੱਤੇ ਗਏ। ਹਾਲਾਂਕਿ ਸਕੂਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਪਰ ਤਮਾਮ ਵਾਅਦੇ ਭਗਵੰਤ ਮਾਨ ਦੇ ਅੱਜ ਵੀ ਅਧੂਰੇ ਨੇ। ਇਹੀ ਕਾਰਨ ਹੈ ਕਿ ਪਿੰਡ ਬਨੇੜਾ ਦੇ ਲੋਕ ਅੱਜ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ। ਤੁਰੀ ਤੋਂ ਸਮੀਪ ਕੰਗ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਟੀਵੀ। ਭਗਵੰਤ ਮਾਨ ਤੋਂ ਬਾਅਦ ਲੁਧਿਆਣਾ ਦੇ ਪਿੰਡ ਇਸੇਵਾਲ ਦੀ ਗੱਲ ਕਰਦੇ ਹਾਂ, ਜਿਸ ਦੀ ਹਾਲਤ ਸੂਬੇ ਦੇ ਜ਼ਿਆਦਾਤਰ ਪਿੰਡਾਂ ਵਰਗੀ ਹੈ। ਵਿਕਾਸ ਤੋਂ ਵਿਹੋਣੇ ਇਸ ਪਿੰਡ ਦੀ ਖਾਸ ਗੱਲ ਇਹ ਹੈ ਕਿ ਇਸ ਪਿੰਡ ਨੂੰ ਸਾਂਸਦ ਰਵਨੀਤ ਬਿੱਟੂ ਨੇ ਗੋਦ ਲਿਆ ਹੋਇਆ, ਜਿਸ ਤੋਂ ਬਾਅਦ ਵੀ ਪਿੰਡ ਦੇ ਵਿੱਚ ਨਾ ਤਾਂ ਪੱਕੀਆਂ ਸੜਕਾਂ ਨੇ, ਨਾ ਹੀ ਸੀਵਰੇਜ ਦਾ ਪ੍ਰਬੰਧ। ਪਿੰਡ ਵਾਸੀਆਂ ਦੇ ਮੁਤਾਬਕ ਪਿੰਡ ਨੂੰ ਗ੍ਰਾਂਟ ਵੀ ਮਿਲੀ ਹੈ, ਫਿਰ ਵੀ ਕੀ ਕਾਰਨ ਹੈ ਕਿ ਪਿੰਡ ਵਾਸੀ ਅਜੇ ਵੀ ਪਿਛੜੇ ਹੋਏ ਮਹਿਸੂਸ ਕਰ ਰਹੇ ਨੇ। ਕਿਤੇ ਕੱਚੀਆਂ ਸੜਕਾਂ, ਕਿਤੇ ਪੱਕੀਆਂ ਚਟੋਏ, ਤੇ ਸੜਕ ਦੇ ਨਾਲ ਪੈਂਦਾ ਵੱਡਾ ਟੋਬਾ, ਜੋ ਦੇ ਰਿਹਾ ਬਿਮਾਰੀਆਂ ਨੂੰ ਸੱਦਾ। ਇਹ ਹਾਲ ਹੈ ਲੁਧਿਆਣਾ ਦੇ ਪਿੰਡ ਇਸੇਵਾਲ ਦਾ, ਜਿਸ ਦੀ ਖੁਸ਼ਕਿਸਮਤ ਹੀ ਰਹੀ ਕਿ ਉਸਨੂੰ ਸਾਂਸਦ ਰਵਨੀਤ ਬਿੱਟੂ ਨੇ ਗੋਦ ਲਿਆ ਤੇ ਉਸ ਲਈ ਗ੍ਰਾਂਟਾਂ ਵੀ ਦਿੱਤੀਆਂ। ਪਰ ਖੁਸ਼ਕਿਸਮਤ ਹੀ ਸਿਰਫ ਗ੍ਰਾਂਟਾਂ ਤੱਕ ਹੀ ਰਹੀ, ਕਿਉਂਕਿ ਵਿਕਾਸ ਫਿਰ ਵੀ ਨਹੀਂ ਹੋਇਆ। ਪਿੰਡ ਵਾਸੀਆਂ ਮੁਤਾਬਕ ਪਾਰਟੀਬਾਜ਼ ਪਿੰਡ ਦੇ ਪਿਛੜੇ ਹੋਣ ਦੀ ਵਜ੍ਹਾ ਬਣੀ। ਦੱਸ ਦੇਈਏ ਕਿ ਇਹ ਪਿੰਡ ਸ਼ਹੀਦ ਨਿਰਮਲ ਸਿੰਘ ਸੇਖਾਂ ਦਾ ਹੈ, ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ। ਮੇਰੇ ਨਾਲ ਪਿੰਡ ਦੇ ਕੁਝ ਲੋਕ ਮੌਜੂਦ ਨੇ। ਕੀ ਨਾਮ ਹੈ ਤੁਹਾਡਾ? ਪਰਮਿੰਦਰ ਸਿੰਘ ਹੈ ਜੀ। ਅੱਛਾ, ਪਿੰਡ 'ਚ ਕਿਹੜੀ ਕਿਹੜੀ ਕਮੀ ਹੈਗੀ ਆ ਜਿਹੜੀ? ਇੱਕ ਤਾਂ ਫੁੱਟਬਾਲ ਦੀ ਗਰਾਊਂਡ ਹੈ ਨਹੀਂ ਪਿੰਡ 'ਚ ਜਮਾਂ ਹੀ, ਅਤੇ ਬੱਚਿਆਂ ਨੂੰ ਖੇਡਣ ਲਈ ਬਹੁਤ ਛੋਟੀ ਗਰਾਊਂਡ ਆ, ਇੱਕ ਤਾਂ ਗਰਾਊਂਡ ਚਾਹੀਦੀ ਆ,
ਅਕਾਲੀ ਸਰਕਾਰ ਆਈ ਆ, ਵਿਕਾਸ ਤਾਂ ਹੋਇਆ ਵੈਸੇ ਜਿਵੇਂ ਪੂਰਾ ਨਹੀਂ ਹੋਇਆ। ਹਾਂਜੀ, ਬਿੱਟੂ ਵੀ ਆਇਆ, ਬਿੱਟੂ ਨੇ ਕੋਹ ਨਹੀਂ ਦਿੱਤਾ ਪਿੰਡ ਨੂੰ, ਦੋ ਵਾਰੀ ਆਇਆ, ਗੋਦ ਲਿਆ ਸੀ ਪਿੰਡ, ਕੋਈ ਵਿਕਾਸ ਨਹੀਂ ਹੋਇਆ। ਹੋਰ ਕੀ ਕਮੀ ਮਹਿਸੂਸ ਕਰਦੇ ਹੋ ਪਿੰਡ? ਜਿਵੇਂ ਦੱਸਿਆ ਕਿ ਇਹਨਾਂ ਨੇ ਸੀਵਰੇਜ ਦੀ ਪ੍ਰੋਬਲਮ, ਜਿਹੜੇ ਫੁਲਕਾ ਸਾਹਿਬ ਉਹ ਕਦੇ ਪਿੰਡ 'ਚ ਨਹੀਂ ਆਏ ਹੈਗੇ, ਇੱਕ ਵਾਰੀ ਵੀ ਨਹੀਂ ਆਏ, ਅਤੇ ਜਿਵੇਂ ਹੁਣ ਬਜ਼ੁਰਗ ਨੇ ਸਾਡੇ, ਇਹਨਾਂ ਨੂੰ ਮੁੱਲਾਪੁਰ ਜਾਣਾ ਜਾਂ ਸ਼ਹਿਰ ਜਾਣਾ, ਕੋਈ ਆਟੋ ਨਹੀਂ, ਕੋਈ ਬੱਸ ਨਹੀਂ ਗਈ, ਨਾ ਕੋਈ ਹੋਸਪਿਟਲ ਦੀ ਸਰਵਿਸ, ਉੱਧਰੋਂ ਬੱਚਾ ਖੜਾ ਵਾ ਉਹਨੂੰ ਕੋਈ ਗਰਾਊਂਡ ਨਹੀਂ, ਕੋਈ ਕੁਛ ਨਹੀਂ ਹੈਗੇ ਖੇਡਣ ਨੂੰ, ਨਾ ਉਹ ਫੈਸਿਲਿਟੀ ਉਹਨਾਂ ਲਈ ਚਾਹੀਦੀ ਹੈ ਬੱਚਿਆਂ ਲਈ। ਗੁਰਦੁਆਰੇ ਦੇ ਸਾਹਮਣੇ ਟੋਭਾ ਵਾ, ਉਹਦੀ ਜਗ੍ਹਾ ਜੇ ਗਰਾਊਂਡ ਬਣ ਜਾਵੇ ਉਹ ਵਧੀਆ, ਟੋਭਾ ਜਾਂ ਕੁਛ ਹੋਰ ਹੋ ਜਾਵੇ ਇੰਟਰਲੋਕਿੰਗ ਵਗੈਰਾ ਉਹਦਾ। ਪਿੰਡ ਵਾਸੀਆਂ ਮੁਤਾਬਕ ਪਿੰਡ ਦਾ ਵਿਕਾਸ ਨਾ ਹੋਣ ਦੀ ਵਜ੍ਹਾ ਸਰਪੰਚ ਤੇ ਸਾਂਸਦ ਦਾ ਵੱਖ ਵੱਖ ਪਾਰਟੀਆਂ ਤੋਂ ਹੋਣਾ ਹੈ। ਉਧਰ ਪਿੰਡ ਦੀ ਸਾਬਕਾ ਸਰਪੰਚ ਸੁਰਜੀਤ ਕੌਰ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਪਿੰਡ 'ਚ ਜੋ ਵੀ ਗ੍ਰਾਂਟ ਆਈ ਉਹ ਵਿਕਾਸ ਕਾਰਜਾਂ 'ਚ ਲਗਾ ਦਿੱਤੀ ਗਈ। ਇਸ ਪਿੰਡ ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਵੀ ਪੈਸਾ ਆਇਆ, ਜੈਮ ਪੀ ਸਾਹਿਬ ਵੱਲੋਂ, ਰਮਨੀਤ ਸਿੰਘ ਬਿੱਟੂ ਵੱਲੋਂ 10 ਲੱਖ ਦੀ ਗ੍ਰਾਂਟ ਸਾਨੂੰ ਆਈ ਹੈ, ਉਹਦੇ ਨਾਲ ਅਸੀਂ ਸੀਵਰੇਜ ਪਾ ਦਿੱਤਾ ਵਾ। ਪੰਜਾਬ ਗਵਰਨਮੈਂਟ ਜਿੰਨੀਆਂ ਵੀ ਸਾਨੂੰ ਗ੍ਰਾਂਟਾਂ ਦਿੱਤੀਆਂ, ਅਸੀਂ ਸੀਵਰੇਜ ਪਾਇਆ, ਇੰਟਰਲੋਕ ਟਾਈਲ ਜਿੰਨੀਆਂ ਸਾਨੂੰ ਗ੍ਰਾਂਟ ਮਿਲੀ ਉਸ ਹਿਸਾਬ ਨਾਲ ਸਾਰਾ ਕੰਮ ਹੋਇਆ ਹੋਇਆ ਵਾ, ਅਤੇ ਆਰ ਓ ਸਿਸਟਮ ਦਾ ਅਸੀਂ ਉਹ ਲਵਾਇਆ, ਸਬਦਾ ਸੈਂਟਰ ਜਿਹੜਾ ਅੱਜ ਕੱਲ੍ਹ ਬੰਦ ਹੋ ਗਿਆ ਸ਼ਹੀਦ ਦੇ ਪਿੰਡ ਦਾ, ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ, ਉਹ ਵੀ ਬੰਦ ਹੋ ਚੁੱਕਾ ਵਾ। ਅਤੇ ਇਸ ਤੋਂ ਬਿਨਾਂ ਸਾਡੇ 2 ਟੋਭੇ ਆ ਪਿੰਡ ਦੇ ਵਿੱਚ, 1 ਟੋਭੇ ਦੇ ਵਿੱਚ ਅਸੀਂ ਸੀਵਰੇਜ ਪਾ ਕੇ ਉਹ ਪਾਣੀ ਨੂੰ ਸਮੇਟਣਾ ਚਾਹੁੰਦੇ ਸੀ, ਤਾਂ ਉਹ ਗੱਲ ਬਣ ਨਹੀਂ ਸਕੀ, ਉਹਦੇ ਵਾਸਤੇ ਸਾਨੂੰ ਘੱਟੋ ਘੱਟ 2.5 ਕਰੋੜ ਗ੍ਰਾਂਟ ਦੀ ਲੋੜ ਸੀ। ਪਿੰਡਾਂ ਨੂੰ ਗੋਦ ਲਿਆ ਜਾਂਦਾ ਤਾਂ ਜੋ ਉਹਨਾਂ ਦਾ ਵਿਕਾਸ ਕੀਤਾ ਜਾ ਸਕੇ, ਪਰ ਇਸੇਵਾਲ ਪਿੰਡ ਕਿਤੇ ਨਾ ਕਿਤੇ ਸਿਆਸਤ ਦਾ ਸ਼ਿਕਾਰ ਹੋ ਕੇ ਰਹਿ ਗਿਆ। ਸਰਪੰਚ ਦਾ ਕਹਿਣਾ ਹੈ ਕਿ ਹਰ ਗ੍ਰਾਂਟ ਦਾ ਇਸਤੇਮਾਲ ਹੋਇਆ, ਪਰ ਪਿੰਡ ਵਾਲਿਆਂ ਦਾ ਦਰਦ ਵੱਖਰਾ ਹੈ। ਵੱਡਾ ਸਵਾਲ ਇਹ ਹੈ ਕਿ ਜੇਕਰ ਗ੍ਰਾਂਟ ਇਸਤੇਮਾਲ ਹੋਈ ਤਾਂ ਵਿਕਾਸ ਨਾ ਹੋਣ ਦਾ ਉਲਾਂਭਾ ਕਿਉਂ? ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਟੀਵੀ। ਪੰਜਾਬ ਦੇ ਕਈ ਸਾਂਸਦਾਂ ਨੇ ਪਿੰਡਾਂ ਦੀ ਨੁਹਾਰ ਬਦਲਣ ਦੀ ਮਨਸ਼ਾ ਜ਼ਾਹਿਰ ਕਰਦਿਆਂ ਪਿਛੜੇ ਪਿੰਡਾਂ ਨੂੰ ਗੋਦ ਲਿਆ, ਪਰ ਗੋਦ ਲੈਣ ਤੋਂ ਬਾਅਦ ਪਿੰਡ ਵਾਸੀਆਂ ਦੀਆਂ ਉਮੀਦਾਂ ਤੇ ਪਾਣੀ ਹੀ ਫਿਰ ਗਿਆ, ਕਿਉਂਕਿ ਅਜੇ ਤੱਕ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਦੀ ਗੱਲ ਤਾਂ ਦੂਰ, ਮੁੱਢਲੀਆਂ ਸਹੂਲਤਾਂ ਵੀ ਨਸੀਬ ਨਹੀਂ ਹੋਈਆਂ। ਮੋਗਾ ਦਾ ਫਤਿਹਗੜ੍ਹ ਕੋਰੋਟਾਣਾ ਪਿੰਡ ਵੀ ਇਹੋ ਦਾਸਤਾਨ ਬਿਆਨ ਕਰ ਰਿਹਾ ਹੈ, ਜਿਸ ਨੂੰ ਗੋਦ ਲਿਆ ਹੈ ਪ੍ਰੋਫੈਸਰ ਸਾਧੂ ਸਿੰਘ ਨੇ। ਇਹ ਹੈ ਮੋਗਾ ਦਾ ਪਿੰਡ ਫਤਿਹਗੜ੍ਹ ਕੋਰੋਟਾਣਾ, ਜਿਸ ਨੂੰ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਨੇ ਗੋਦ ਲਿਆ ਸੀ ਤੇ ਦਾਅਵੇ ਕੀਤੇ ਸੀ ਕਿ ਇਸ ਪਿੰਡ ਨੂੰ ਮਾਡਲ ਪਿੰਡ ਬਣਾਉਣਗੇ। ਪਰ 5 ਸਾਲਾਂ ਤੋਂ ਬਾਅਦ ਵੀ ਇਸ ਪਿੰਡ ਦੀ ਦਸ਼ਾ 'ਚ ਕੋਈ ਬਦਲਾਅ ਦੇਖਣ ਨਹੀਂ ਮਿਲਿਆ ਤੇ ਪਿੰਡ ਵਾਸੀਆਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਪਿੰਡ ਵਾਸੀਆਂ ਮੁਤਾਬਕ ਪ੍ਰੋਫੈਸਰ ਸਾਧੂ ਸਿੰਘ ਬਤੌਰ ਸਾਂਸਦ ਜੇ ਚਾਹੁੰਦੇ ਤਾਂ ਪਿੰਡ ਦਾ ਵਿਕਾਸ ਕਰ ਸਕਦੇ ਸੀ, ਪਰ ਉਹਨਾਂ ਪਿੰਡ 'ਚ ਆਪਣੇ ਦਰਸ਼ਨ ਵੀ ਮੁਸ਼ਕਿਲ ਨਾਲ ਹੀ ਦਿੱਤੇ। ਪਿੰਡ ਵਾਸੀਆਂ ਮੁਤਾਬਕ ਕਈ ਵਾਰ ਮੰਗ ਕਰਨ ਤੋਂ ਬਾਅਦ ਵੀ ਸਕੂਲ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ। ਵੇਖੋ ਕਿਵੇਂ ਇਸ ਪਿੰਡ ਦੀਆਂ ਪਰੇਸ਼ਾਨੀਆਂ ਪਿੰਡ ਵਾਸੀ ਆਪ ਸੁਣਾ ਰਹੇ ਨੇ। ਸਾਡੀਆਂ ਜੋ ਮੇਨ ਸਮੱਸਿਆ ਪਾਣੀ ਦੀ, ਸੀਵਰੇਜ ਦੀ ਤੇ ਸਾਫ਼ ਪਾਣੀ ਦੀ, ਸਕੂਲ ਲਈ ਅਪਗ੍ਰੇਡ ਹੋ, ਸਕੂਲ ਅਪਗ੍ਰੇਡ ਹੋਣ ਦੀ, ਤੇ ਜੋ ਪਿੰਡ ਦੇ ਵਿੱਚ ਸਾਡੇ 4 ਲੈਨ ਬਣਿਆ ਉਹਦੇ ਸਾਈਡਾਂ ਤੇ ਸਰਵਿਸ ਰੋਡ ਦੀ, ਇਹ 4-5 ਮੰਗਾਂ ਨੇ। ਇੱਥੇ ਦੀ ਮੁੱਖ ਮੇਨ ਸਮੱਸਿਆ ਇਹ ਆ ਕਿ ਸਾਡੇ ਪਿੰਡ ਵਿੱਚ ਜਿਹੜਾ ਹੈ ਸਕੂਲ ਬਹੁਤ ਦੂਰ ਹੈ, ਕੁੜੀਆਂ ਦਾ ਸਕੂਲ ਹੈ ਨਹੀਂ, ਉਹਨਾਂ ਨੂੰ ਬਹੁਤ ਦੂਰ ਜਾਣਾ ਪੈਂਦਾ, ਮੋਗੇ ਜਾਣਾ ਪੈਂਦਾ ਪੜ੍ਹਨ ਵਾਸਤੇ। ਇੱਕ ਸਾਡੇ ਪਿੰਡ ਮਤਲਬ ਲੇਡੀਜ਼ ਡਾਕਟਰ ਵਾਸਤੇ ਕੋਈ ਸਹੂਲਤ ਹੈ ਨਹੀਂ ਗੀ। ਸੂਬੇ ਦੇ ਕੈਬਿਨੇਟ ਮੰਤਰੀ ਤੇ ਸਾਂਸਦ ਕਈ ਵਾਰ ਪਿੰਡਾਂ ਨੂੰ ਸਮਾਰਟ ਤੇ ਮਾਡਲ ਪਿੰਡ ਬਣਾਉਣ ਦੇ ਦਾਅਵੇ ਕਰ ਚੁੱਕੇ ਨੇ। ਇਸੇ ਤਹਿਤ ਕਈ ਪਿੰਡਾਂ ਨੂੰ ਗੋਦ ਵੀ ਲਿਆ ਗਿਆ, ਪਰ ਹਾਲੇ ਤੱਕ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇਗਾ ਜਿਸ ਨੂੰ ਗੋਦ ਲੈ ਕੇ ਉਸਦੀ ਨੁਹਾਰ ਬਦਲੀ ਗਈ ਹੋਵੇ। ਕਈ ਪਿੰਡਾਂ 'ਚ ਤਾਂ ਮਜਬੂਰਨ ਪਿੰਡ ਵਾਸੀਆਂ ਨੂੰ ਹੀ ਆਪਣੀ ਜੇਬੋਂ ਖਰਚ ਕਰਕੇ ਵਿਕਾਸ ਕਰਨਾ ਪੈ ਰਿਹਾ ਹੈ। ਮੋਗਾ ਤੋਂ ਵਿਪਿਨ ਓਂਕਾਰਾ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਚਸ ਟੀਵੀ।